ਬੰਦੇ ਚੋਂ ਜਾਨ ਕੱਢ ਕੇ ਲਿਆਉਣੀ ਸੀ, ਕੋਈ ਨਵਾਂ ਸੂਟ ਸਮਾ ਕੇ ਨਹੀਂ ਲਿਆਉਣਾ ਸੀ। ਕੰਫਿਊਜ਼ਨ 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 ਭੇਜੀ ਦਾ ਮੱਝ ਥੱਲੇ ਜਾ ਕੇ ਵੜਦਾ ਝੋਟੇ ਥੱਲੇ। ਸੋਸ਼ਲ ਕਾਮੇਡੀ ਕੰਫਿਊਜ਼ਨ ਦੇ ਨਾਲ ਹੀ ਆਂਦੀ ਆ। ਕੁੱਤੇ ਬਿੱਲੀਆਂ ਚੁਕਿਆ ਕਰ, ਬੰਦੇ ਚੁਕਣਾ ਤੇਰੇ ਵਸ ਦੀ ਗੱਲ ਨਹੀਂ। ਤੁਸੀਂ ਕਾਮੇਡੀ ਕਰਦੇ ਆ, ਤੁਹਾਡਾ ਮੂਡ ਵੀ ਲਾਈਟ ਰਹਿੰਦਾ, ਸਾਰਾ ਮਾਹੌਲ ਸੈੱਟ ਤੇ ਲਾਈਟ ਰਹਿੰਦਾ ਆ, ਫਨ ਹੁੰਦਾ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਨਗਮਾ ਸਿੰਘ, ਤੁਸੀਂ ਦੇਖ ਰਹੇ ਹੋ ਬੁਗਲ ਬਾਲੀਵੁੱਡ, ਤੇ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਲੰਡਨੋਂ ਆਈ ਪੰਜਾਬਨ ਕੁੜੀ ਨਾਲ, ਜਿਹੜੀ ਆਪਣਾ ਫਸਟ ਡੈਬਿਊ ਪੰਜਾਬੀ ਮੂਵੀ ਔਰ ਮਰ ਗਏ ਹੋਏ ਲੋਕਾਂ ਨਾਲ ਕਰ ਰਹੇ ਨੇ। ਹਾਏ ਸਪਨਾ। ਹੈਲੋ, ਸਤਿ ਸ਼੍ਰੀ ਅਕਾਲ। ਆਈ ਥੋਟ ਹੀ ਇਜ਼ ਵੈਰੀ ਐਕਸਾਈਟਿਡ ਅਬਾਊਟ ਪੰਜਾਬੀ ਮੂਵੀ। ਐਕਚੁਲੀ ਮੈਂ ਬਹੁਤ ਐਕਸਾਈਟਿਡ ਹਾਂ, ਮੈਂ ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਐਕਟਿੰਗ ਦਾ, ਮੈਂ ਪੰਜਾਬੀ ਫਿਲਮ ਹੀ ਕਰਨਾ ਚਾਹੁੰਦੀ ਸੀ, ਤਾਂ ਮਿਲ ਗਏ ਐਂਡ ਆਮ ਵੈਰੀ ਹੈਪੀ। ਫਸਟ ਆਫ ਆਲ, ਬੜੇ ਸੁਪਰਸਟਾਰ ਗਿੱਪੀ ਗਰੇਵਾਲ ਅਤੇ ਬੀਨੂ ਢਿੱਲੋਂ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ? ਬਹੁਤ ਵਧੀਆ ਲੱਗਿਆ। ਜਿੱਦਾਂ ਮੈਂ ਕਿਹਾ, ਮੈਂ ਬਹੁਤ ਗ੍ਰੇਟਫੁਲ ਹਾਂ, ਕਿਉਂਕਿ ਮੈਨੂੰ ਪਹਿਲੀ ਫਿਲਮ ਵਿੱਚ ਹੀ ਸਾਰੇ ਪੰਜਾਬ ਦੇ ਕਲਾਕਾਰ ਨਾਲ ਕੰਮ ਕਰਨ ਨੂੰ ਮਿਲ ਗਿਆ, ਐਂਡ ਉਹ ਤੋਂ ਬੈਟਰ ਸਟਾਰਟ ਕੀ ਆ ਆਈ ਡੋਂਟ ਨੋ। ਸੋ ਸਾਰਿਆਂ ਨੇ ਬਹੁਤ ਨਾਈਸਲੀ ਗਾਈਡ ਕੀਤਾ, ਮੈਨੂੰ ਬਹੁਤ ਵੈਲਕਮ ਫੀਲ ਕਰਾਇਆ। ਕਿਸੇ ਨੇ ਮੈਨੂੰ ਇਹ ਫੀਲ ਨਹੀਂ ਕਰਨ ਦਿੱਤਾ ਕਿ ਉਹ ਸੀਨੀਅਰਸ ਆ, ਉਹ ਜ਼ਿਆਦਾ ਐਕਸਪੀਰੀਅੰਸ ਆ ਜਾਂ ਉਹ ਇੰਡਸਟਰੀ ਦੇ ਵੱਡੇ ਆ, ਮੈਨੂੰ ਇਕੁਅਲ ਦੀ ਤਰ੍ਹਾਂ ਹੀ ਟ੍ਰੀਟ ਕੀਤਾ। ਐਂਡ ਜਿੱਦਾਂ ਉਹਨਾਂ ਦਾ ਕੰਪਨੀ ਦਾ ਨਾਂ ਆ, ਪ੍ਰੋਡਕਸ਼ਨ ਹਾਊਸ ਦਾ ਨਾਂ ਆ, ਮਿਊਜ਼ਿਕ ਦਾ ਨਾਂ ਆ, ਸਾਰੇ ਬਹੁਤ ਹੀ ਰੀਅਲੀ ਹੰਬਲ ਆ, ਜਸਟ ਲਾਈਕ ਦਾ ਨੇਮ ਆਫ ਦਾ ਕੰਪਨੀ ਐਂਡ ਦਾ ਪ੍ਰੋਡਿਊਸਰਸ ਆਫ ਦਾ ਫਿਲਮ। ਸੋ ਥੈਂਕ ਯੂ ਟੂ ਆਲ ਆਫ ਦੈਮ। ਜਿਵੇਂ ਕਿ ਅਸੀਂ ਟ੍ਰੇਲਰ 'ਚ ਦੇਖਿਆ, ਬਹੁਤ ਚੱਕ ਥਲ ਹੋ ਰਹੀ ਹੈ ਇਸ ਮੂਵੀ 'ਚ, ਅਤੇ ਬਹੁਤ ਕੋਈ ਮਰਦਾ ਹੈ, ਕੋਈ ਜਿਉਂਦਾ ਹੈ, ਅਤੇ ਇਹਦੇ ਵਿੱਚ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ? ਸੇਮ ਕੰਫਿਊਜ਼ਨ ਕੰਫਿਊਜ਼ਨ ਕੰਫਿਊਜ਼ਨ। ਮੈਨੂੰ ਆਪ ਸਮਝ ਨਹੀਂ ਲੱਗਦੀ ਹੁੰਦੀ ਸੀ ਕਿ ਜਿੰਦਾ ਕੌਣ ਆ, ਮੇਰੇ ਸਾਹਮਣੇ ਕੌਣ ਖੜ੍ਹਾ ਹੈ। ਜੇ ਗਿੱਪੀ ਵੀ ਖੜ੍ਹੇ ਆ, ਉਹ ਕਹਿੰਦੇ ਕਿ ਨਹੀਂ ਨਹੀਂ ਮੈਂ ਗਿੱਪੀ ਨਹੀਂ, ਮੈਂ ਬੀਨੂ। ਮੈਂ ਹਾਂ, ਪਰ ਤੁਸੀਂ ਤਾਂ ਨਹੀਂ ਨਹੀਂ ਮੈਂ ਹੁਣ ਇਹ ਬਣਿਆ ਆ, ਮੈਂ ਇਹ ਹਾਂ, ਮੈਂ ਹੁਣ ਆਊਸ, ਮੈਂ ਆਪਣੀ ਐਕਟਿੰਗ ਕਰਦੀ, ਤੁਸੀਂ ਮੈਂ ਬਾਅਦ 'ਚ ਦੇਖ ਲੂੰਗੀ। ਬਟ ਇਟ ਵਾਜ਼ ਕੰਫਿਊਜ਼ਿੰਗ, ਬਟ ਕੰਫਿਊਜ਼ਨ ਦੇ ਨਾਲ ਬਹੁਤ ਹੀ ਕੌਮੇਡੀ ਵੀ, ਨੈਚੁਰਲ ਕੌਮੇਡੀ ਕੰਫਿਊਜ਼ਨ ਦੇ ਨਾਲ ਹੀ ਆਉਂਦੀ ਆ, ਸੋ ਹੈਂਡ ਇਨ ਹੈਂਡ ਇਟ ਵੈਂਟ, ਇਟ ਵਾਜ਼ ਵੈਰੀ ਗੁੱਡ। ਕੌਮੇਡੀ ਤੁਸੀਂ ਫਸਟ ਟਾਈਮ ਕੀਤੀ ਹੈ, ਅਤੇ ਪਹਿਲਾਂ ਸੀਰੀਅਸ ਰੋਲ ਕੀਤਾ ਹੈ ਤੁਸੀਂ ਆਪਣੇ ਦ ਟ੍ਰਿਪ ਜਿਹੜਾ ਤੁਹਾਡਾ ਸ਼ੋਅ ਸੀਗਾ, ਦੈਟ ਵਾਜ਼ ਸੋ ਅਮੇਜ਼ਿੰਗ। ਅਤੇ ਉਹਦੇ ਵਿੱਚ ਤੁਸੀਂ ਸੀਰੀਅਸ ਰੋਲ ਤੋਂ ਇੱਕਦਮ ਕਮੇਡੀ 'ਚ ਆਉਣਾ, ਇਟਸ ਲਾਈਕ ਅਸੀਂ ਟ੍ਰਿਪ ਵੀ ਇੰਨਾ ਸੀਰੀਅਸ ਨਹੀਂ, ਟ੍ਰਿਪ ਵੀ ਥੋੜ੍ਹੀ ਜਿਹੀ ਰੋਮਕੋਮ, ਫਿਰ ਵੀ ਉਹਦੇ ਵਿੱਚ ਮੇਰਾ ਲਾਈਟਰ ਕੈਰੈਕਟਰ। ਮੈਂ ਹੁਣ ਬਰੀਦ, ਲਾਸਟ ਮੇਰਾ ਬਰੀਦ ਸੀ, ਬਰੀਦ ਐਮਾਜ਼ੋਨ ਪ੍ਰਾਈਮ ਦਾ ਬਰੀਦ, ਜਿਹਦੇ ਵਿੱਚ ਆਰ ਮਾਧਵਨ ਅਤੇ ਅਮਿਤ ਸਾਧ ਲੀਡਸ ਮੇਰੇ ਨਾਲ ਪਲੇ ਕਰ ਰਹੇ, ਐਂਡ ਉਹ ਹੈਗਾ ਐਕਚੁਲੀ ਅਬਾਊਟ ਔਰਗਨ ਡੋਨੇਸ਼ਨਸ ਐਂਡ ਮਰਡਰ ਮਿਸਟਰੀ। ਤਾਂ ਉਹਦੇ ਵਿੱਚ ਤਾਂ ਮੈਂ ਮਦਰ ਦਾ ਰੋਲ ਪਲੇ ਕਰ ਰਹੀ ਹਾਂ, ਨਾਲੇ ਐਕਸ ਵਾਈਫ ਦਾ ਰੋਲ ਪਲੇ ਕਰ ਰਹੀ ਹਾਂ, ਜਿਹਦੇ ਵਿੱਚ ਕਾਫੀ ਟ੍ਰੈਜਡੀ ਆ। ਔਰ ਉਸ ਤੋਂ ਬਾਅਦ ਇੱਕ ਹੋਰ ਵੀ ਰੋਲ ਹੁਣ ਅਸੀਂ ਫੜਿਆ ਇਹਨਾਂ ਦਾ ਐਮਾਜ਼ੋਨ ਸ਼ੋਅ ਇਨਸਾਈਡ ਐਜ ਸੀਜ਼ਨ 2 ਵਿੱਚ ਮੈਂ ਨਵਾਂ ਕੈਰੈਕਟਰ ਆ ਰਹੀ ਹਾਂ, ਉਹਦੇ ਵਿੱਚ ਵੀ ਮੈਂ ਥੋੜ੍ਹਾ ਜਿਹਾ ਸੀਰੀਅਸ ਆ। ਮੈਨੂੰ ਸੀਰੀਅਸ ਹੀ ਮਿਲਦੇ ਆ, ਸੋ ਆਈ ਐਮ ਵੈਰੀ ਹੈਪੀ ਕਿ ਮਤਲਬ ਸਿੰਗ ਟ੍ਰਿਪ ਵੀ ਇੰਨਾ ਸੀਰੀਅਸ ਨਹੀਂ ਜਿੰਨੇ ਬਾਕੀ ਮੇਰੇ ਰੋਲ ਸੀਰੀਅਸ। ਜਿੱਦਾਂ 24 ਵਿੱਚ ਮੈਨੂੰ ਮਾਰੀ ਪੈਂਦੀ ਰਹੀ ਸੀ ਕਿ ਮੈਨੂੰ ਕਿਡਨੈਪ ਹੀ ਕਰਦੇ ਰਹਿੰਦੇ ਸੀ, ਤਾਂ ਆਈ ਐਮ ਵੈਰੀ ਹੈਪੀ ਕਿ ਇਹਦੇ ਵਿੱਚ ਨਾ ਮੈਨੂੰ ਕੋਈ ਬਰੂਜ਼ਿਸ ਮੇਰੇ ਬਣੇ ਆ, ਨਾ ਮੈਨੂੰ ਕਿਸੇ ਚੀਜ਼ ਕੋਲੋਂ ਦੌੜਨਾ ਪਿਆ, ਨਾ ਮੈਨੂੰ ਕਿਸੇ ਯੂ ਨੋ ਨਾਈਸ ਕਲੀਨ ਇਨਵਾਇਰਮੈਂਟਸ, ਵੈਰੀ ਹੈਪੀ। ਤਾਂ ਕੌਮੇਡੀ ਇਜ਼ ਬੈਸਟ, ਆਈ ਮੀਨ ਤੁਸੀਂ ਕੌਮੇਡੀ ਕਰਦੇ ਆ, ਤੁਹਾਡਾ ਮੂਡ ਵੀ ਲਾਈਟ ਰਹਿੰਦਾ, ਸਾਰਾ ਮਾਹੌਲ ਸੈੱਟ 'ਤੇ ਲਾਈਟ ਰਹਿੰਦਾ ਆ, ਫਨ ਹੁੰਦਾ ਆ। ਜਿਹੜੇ ਸੀਰੀਅਸ ਸੈੱਟਸ ਹੁੰਦੇ ਉਹਦੇ ਵਿੱਚ ਤੁਸੀਂ ਜ਼ਿਆਦਾ ਹੀ ਕੋਨਸਨਟ੍ਰੇਸ਼ਨ ਤੁਹਾਡੀ ਹੁੰਦੀ ਆ, ਤਾਂ ਉਹਦੇ ਵਿੱਚ ਚਾਹੀਦੀ ਵੀ ਹੁੰਦੀ ਆ। ਸੋ ਇਟਸ ਜਿੱਥੇ ਡਿਜ਼ਰਵਿੰਗ ਹੈ ਉੱਥੇ ਡਿਜ਼ਰਵਿੰਗ, ਆਮ ਵੈਰੀ ਹੈਪੀ ਟੂ ਡੂ ਕੌਮੇਡੀ। ਹਾਂ, ਉਹ ਵੀ ਗਿੱਪੀ ਐਮ ਬੀਨੂ ਐਂਡ ਐਵਰੀਬਡੀ ਇਜ਼ ਵੈਰੀ ਫਨੀ ਸੈੱਟ। ਜਿਵੇਂ ਤੁਸੀਂ ਇਹਦੇ ਵਿੱਚ ਪੂਰੀ ਪੰਜਾਬੀ ਬੋਲ ਗਏ, ਅਤੇ ਤੁਹਾਡਾ ਬੈਕਗਰਾਊਂਡ ਪੰਜਾਬੀ ਕਲਚਰ ਨਾਲ ਹੈਗਾ ਜੀ, ਜਿਵੇਂ ਤੁਹਾਡੀ ਪੰਜਾਬੀ ਇੰਨੀ ਵਧੀਆ ਦੇਖੀ ਹੈ ਅਸੀਂ, ਅਤੇ ਤੁਸੀਂ ਉਹਦੇ ਵਿੱਚ ਕੰਫਰਟੇਬਲ ਸੀਗੇ ਪੰਜਾਬੀ? ਜੀ ਅਫਕੋਰਸ, ਮੈਨੂੰ ਕਦੀ ਕਦੀ ਮਤਲਬ ਰੀਸੈਂਟਲੀ ਲਾਸਟ ਫਿਊ ਇੰਟਰਵਿਊਜ਼ ਵਿੱਚ ਪੁੱਛਦੇ ਆ ਕਿ ਤੁਸੀਂ ਤੁਹਾਨੂੰ ਕਿੰਨਾ ਡਿਫੀਕਲਟ ਲੱਗਿਆ ਪੰਜਾਬ ਆ ਕੇ ਪੰਜਾਬੀ 'ਚ ਬੋਲਣਾ। ਅਸਾਂ ਇਨਫੈਕਟ ਮੇਰੇ ਲਈ ਓਪੋਜ਼ਿਟ ਹੋਇਆ, ਕਿਉਂਕਿ ਮੇਰੇ ਲਈ ਈਜ਼ੀ ਹੋ ਗਿਆ। ਹਿੰਦੀ ਮੇਰੇ ਲਈ ਇੰਨੀ ਈਜ਼ੀ ਨਹੀਂ ਹੈਗੀ ਜਿੰਨੀ ਮੇਰੇ ਲਈ ਪੰਜਾਬੀ ਸੀ। ਘਰ ਵਿੱਚ ਅਸੀਂ ਪੰਜਾਬੀ ਬੋਲਦੇ ਹਾਂ, ਮੇਰੇ ਜਿਹੜੇ ਨਾਨੀ ਮਾਂ ਆ ਉਹ ਵੀ ਉਹਨਾਂ ਨੇ ਪੰਜਾਬੀ ਸਾਨੂੰ ਸਿਖਾਈ ਆ, ਐਂਡ ਯੈਸ ਸੋ ਅਸੀਂ ਘਰ ਵਿੱਚ ਵੀ ਬੋਲਦੇ ਹਾਂ। ਆਈ ਐਮ ਹੈਪੀ ਕਿ ਮੈਂ ਪੰਜਾਬ ਆ ਕੇ ਮਤਲਬ ਆਪਣੇ ਰੂਟਸ ਨਾਲ ਵੀ ਕਲੋਜ਼ ਹੋ ਗਈ ਹਾਂ, ਤਾਂ ਮੇਰੇ ਲਈ ਡਿਫੀਕਲਟ ਨਹੀਂ ਸੀ, ਈਜ਼ੀ ਸੀਗਾ।
थैंक यू सो मच। ए सी गे सपना पबी ते असी इन्हां नूं 31 अगस्त नूं सिनेमा थिएटर च देखण वाले हां ते देखदे हां इन्हां दी किन्नी वधिया पंजाबी ते जिहड़ी लंडनों आई है किहो जिहा फ्लेवर अपने पंजाबी कल्चर च दिंदी है। थैंक यू सो मच।